इस पंजाब शो गोल्डन टॉक्स विद शिप्रा। जी हाँ, कुछ पर्सनालिटीज़, कुछ सेलिब्रिटीज़ ऐसी होती हैं जो सिर्फ अपनी लुक से लाखों करोड़ों दिलों के में अपना राज बना लेती हैं। और आज जिस पर्सनालिटी से हम आपको मिलवाने जा रहे हैं वो बहुत हैंडसम तो हैं ही, साथ ही साथ मल्टी टैलेंटेड भी हैं। जी हाँ, हम बात कर रहे हैं हमारे पंजाबी म्यूजिकल इंडस्ट्री के बहुत ही रिनॉन्ड सिंगर और एक्टर मिस्टर इंद्रजीत निक्कू से, जो अब न्यू ईयर 2020 स्टार्ट हो चुका है और सबसे फर्स्ट मूवी वो लेके आ रहे हैं सारे व्यूवर्स के लिए, जान तो प्यारा। तो चलिए ज़्यादा टाइम ना वेस्ट करते हैं, आपको मिलवाते हैं इंद्रजीत निक्कू से। हेलो सर, वेलकम टू टाइम्स पंजाब टीवी और एंटायर टीम की तरफ से आपको हैप्पी न्यू ईयर एंड हैप्पी गुरपूरब टू। थैंक यू वेरी मच, थोड़ा बहुत बहुत शुक्रिया। टाइम्स की सारी टीम का बहुत बहुत शुक्रिया, सारे नवा साल मुबारक जिन्हें भी इस टाइम साढ़ा ये टाइम्स पंजाब टाइम्स पंजाब टीवी देख रहे हैं। ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਐਂਡ ਇਸ ਟੀ ਵੀ ਨਾਲ ਇਸ ਲਈ ਵੀ ਜੁੜ ਕੇ ਰਹਿਣਾ ਕਿਉਂਕਿ ਇੱਥੋਂ ਕਦੋਂ ਵੀ ਕਦੇ ਵੀ ਕੋਈ ਗੁੰਮਰਾਹ ਕਰਨ ਵਾਲੀ ਨਿਊਜ਼ ਨਹੀਂ ਆਉਂਦੀ, ਹਮੇਸ਼ਾ ਚੰਗੀਆਂ ਨਿਊਜ਼ ਆਉਂਦੀਆਂ ਨੇ। ਪਰ ਉਦਾਂ ਇਤਨੇ ਸੁਪਰ ਡੁਪਰ ਹਿੱਟ ਸੌਂਗਸ ਨਹੀਂ ਹੈ, ਤੋ ਇਤਨੇ ਸਾਲੋਂ ਕੀ ਜਰਨੀ, ਆਪਕਾ ਟਾਈਮ ਪੀਰੀਅਡ ਕੈਸਾ ਰਹਾ, ਹਸਤਾ ਹਜ਼ਾਤੇ ਵਾਲਾ ਜਾਂ ਕਭੀ ਕੁਛ ਸਟਰਗਲਿੰਗ ਟਾਈਮ ਪੀਰੀਅਡ ਵੀ ਦੇਖਾ ਆਪਨੇ? ਜਿਹੜਾ ਤੁਹਾਨੂੰ ਟਾਈਮ ਦੱਸਿਆ ਟੋਟਲੀ ਸਟਰਗਲ ਤਾਂ ਸੀਗੀ ਸੀਗੀ ਇਹ 'ਚ, ਲੇਕਿਨ ਟੋਟਲੀ ਮਜ਼ੇ ਵਾਲਾ ਟਾਈਮ ਸੀ, ਹੱਸਦੇ ਖੇਡਦੇ ਟਾਈਮ ਸਾਰਾ ਸਪੈਂਡ ਕੀਤਾ। ਇਹਦੇ ਵਿੱਚ ਬਹੁਤ ਸਾਰਾ ਕਾਫਲਾ, ਜਿਹੜੇ ਬਹੁਤ ਸਾਰੇ ਦੋਸਤ ਜੁੜਦੇ ਗਏ, ਪਿੱਛੇ ਨਿਕਲਦੇ ਗਏ, ਕੋਈ ਕੁਛ ਕਰ ਗਿਆ, ਕੋਈ ਕੁਛ ਕਰ ਗਿਆ, ਚਲਦੇ ਚਲਦੇ ਬਹੁਤ ਟ੍ਰੈਜਡੀਆਂ ਹੋਈਆਂ, ਬਹੁਤ ਕੁਛ ਲਾਈਫ ਦੇ ਵਿੱਚ। ਇਹ ਟਾਈਮ ਪੀਰੀਅਡ ਲੱਗਦਾ ਕਿ 23 ਈਅਰ, ਲੇਕਿਨ ਪੂਰੀ ਇੱਕ ਲਾਈਫ ਹੈ ਮੇਰੀ ਇਹ ਜਿਹਦੇ ਵਿੱਚ ਬਹੁਤ ਕੁਛ ਹੋਇਆ। ਮਤਲਬ ਕਈ ਵਾਰ ਜ਼ਿੰਦਗੀ ਨੂੰ ਪਲਟੇ ਵੀ ਹੋਏ ਕਿ ਜਮਾਂ ਹੀ ਪਲਟ ਗਈ, ਹੈ ਨਾ। ਕਈ ਵਾਰ ਬਹੁਤ ਠੋਕਰਾਂ ਵੀ ਲੱਗੀਆਂ ਜਿਹੜੀਆਂ ਖੁਦ ਲੱਗੀਆਂ, ਕਈ ਵਾਰ ਕਿਸੇ ਨੇ ਵੀ ਸਿੱਟਿਆ, ਬਹੁਤ ਕੁਛ ਹੋਇਆ, ਬਹੁਤ ਮੁਸ਼ਕਲ। ਸ਼ਾਇਦ ਇਤਨੇ ਟਾਈਮ ਹਮ ਆਪਕੋ ਦੇਖ ਨਹੀਂ ਪਾਏ ਸਕਰੀਨ ਪੇ, ਕਾਫੀ ਟਾਈਮ ਆਪਕੇ ਸੌਂਗਸ ਨਹੀਂ ਵੀ ਆਏ ਔਰ ਉਸਕੇ ਬਾਅਦ ਫਿਰ ਆਪਨੇ। ਐਕਚੁਅਲੀ ਜਿਹੜੀਆਂ ਪ੍ਰੋਬਲਮ ਸ਼ੁਰੂ ਹੋਈਆਂ 7 ਸਾਲ ਪਹਿਲਾਂ ਸ਼ੁਰੂ ਹੋਈਆਂ ਸੀ। 7 ਸਾਲ ਦੇ ਦੌਰਾਨ ਇੱਕ ਮੂਵੀ ਆਈ ਸੀ ਮੇਰੇ ਯਾਰ ਕਮੀਨੇ 2014 ਦੇ ਵਿੱਚ। ਉਹ ਤੋਂ ਬਾਅਦ ਇਸ ਮੂਵੀ ਦੀ ਜਦੋਂ ਸ਼ੁਰੂਆਤ ਚੱਲਦੇ ਚੱਲਦੇ ਹੋਈ ਆ, ਇਹ ਮੈਨੂੰ ਲੱਗਦਾ 2014 'ਚ ਉਹ ਆਈ ਅਤੇ 15 'ਚ ਇਹ ਸ਼ੁਰੂ ਹੋ ਗਈ। ਫਿਰ ਰੁਕ ਗਈ ਇਹ ਮੂਵੀ ਜਦੋਂ ਅਸੀਂ ਦੁਬਈ ਗਾਣਾ ਸ਼ੂਟ ਕਰਨ ਗਏ ਇਸ ਮੂਵੀ ਦਾ, ਜਿਹਦੇ ਵਿੱਚ 25% 15-20-25% ਸ਼ੂਟ ਹੋ ਚੁੱਕੀ ਸੀ। ਉਹ ਤੋਂ ਬਾਅਦ ਵੀਨਾ ਮਲਿਕ ਦਾ ਇੱਕ ਗਾਣਾ ਸੀ, ਉਹ ਬੀਬੀ ਉੱਥੋਂ ਵਿਆਹ ਕਰਾ ਕੇ, ਨਿਕਾਹ ਕਰਾ ਕੇ ਉੱਥੋਂ ਅਮੈਰੀਕਾ ਨਿਕਲ ਗਈ, ਸਾਨੂੰ ਪਤਾ ਹੀ ਨਹੀਂ, ਅੱਧਾ ਗਾਣਾ ਸ਼ੂਟ ਕਰਕੇ ਹੁਣ ਫਿਲਮ ਦੇ ਵਿੱਚ ਅੱਧਾ ਹੀ ਗਾਣਾ ਉਹ, ਹੈ ਨਾ, ਜਿੰਨਾ ਕੁ ਉਹਦੇ ਨਾਲ ਸ਼ੂਟ ਕੀਤਾ। ਅਤੇ ਉਹ ਪਾਰਟ ਨੂੰ ਡਾਇਰੈਕਟਰ ਦੀ ਜਿਹੜੀ ਡਾਇਰੈਕਸ਼ਨ ਸੀ ਹਰਪ੍ਰੀਤ ਦੀ, ਉਹ ਕਿੱਦਾਂ ਮੋਲਡ ਕਰਕੇ ਇਹਨੂੰ ਯੂਜ਼ ਕੀਤਾ। ਫਿਰ ਦੂਜੀ ਹੀਰੋਇਨ ਆਈ ਜਿਹੜੀ ਸਾਕਸ਼ੀ ਮੱਗੋ, ਉਹ ਵੀ ਕੁੜੀ ਵੈਲਕਮ ਬੈਕ ਦੇ ਵਿੱਚ ਉਹਨਾਂ ਦਾ ਕੈਮੀਓ ਸੀਗਾ, 4 ਸੀਨ ਸੀ ਸ਼ੁਰੂ ਦੇ ਵਿੱਚ, ਸ਼ਰੂਤੀ ਹਸਨ ਦੀ ਦੋਸਤ ਬਣੀ ਉਹਦੇ ਵਿੱਚ ਉਹ। ਸੋ ਉਹ ਤੋਂ ਬਾਅਦ ਫਿਰ ਇਹ ਮੂਵੀ ਚੱਲਦੇ ਚੱਲਦੇ ਸਾਨੂੰ ਬ੍ਰੇਕਾਂ ਲੱਗਦੇ ਲੱਗਦੇ ਇਹ 3 ਸਾਲ 'ਚ ਅਸੀਂ ਕੰਪਲੀਟ ਕੀਤੀ। ਫਿਰ ਉਹ ਤੋਂ ਬਾਅਦ ਪੋਸਟ ਦਾ ਕੰਮ ਸ਼ੁਰੂ ਹੋ ਗਿਆ, ਸਾਲ ਫਿਰ ਚੱਲਦਾ ਰਿਹਾ। ਸੋ ਪਿਛਲੇ ਸਾਲ ਜਾ ਕੇ ਸਾਨੂੰ ਇਹ ਜਿਹੜੀਆਂ ਪ੍ਰੋਬਲਮਾਂ ਸੀਗੀਆਂ ਸਾਰੀਆਂ ਸੋਲਵ ਹੋ ਕੇ ਨਵੇਂ ਪ੍ਰੋਡਿਊਸਰ ਵਿੱਚ ਜੁੜੇ, ਫਿਲਮ ਕੰਪਲੀਟ ਕੀਤੀ ਅਤੇ ਅੱਜ ਔਨ ਫਲੋਰ ਜਾਣ ਵਾਲੀ ਹੈ ਮਾਨੀ। ਆਪ ਕਮ ਬੈਕ ਕਰ ਚੁੱਕੇ ਹੈ ਵਾਪਸ ਇੰਡਸਟਰੀ ਮੇਂ, ਤੋ ਅਬ ਫਿਰ ਸੇ ਕੈਸਾ ਲੱਗ ਰਿਹਾ ਹੈ, ਵਹੀ ਟਾਈਮ ਪੀਰੀਅਡ ਵਾਪਸ ਆਪਕੀ ਲਾਈਫ ਮੇਂ ਆ ਚੁੱਕਾ ਹੈ, ਅਬ ਫਿਰ ਸੇ ਵਿਊਅਰਸ ਵੇਟ ਕਰ ਰਹੇ ਹੈ ਆਪਕੇ ਸੌਂਗਸ ਕੀ? ਤੋ ਅਬ ਜਦੋਂ ਵੀ ਜਿਵੇਂ ਹੁਣ ਜਦੋਂ ਵਾਪ, ਕਿਉਂਕਿ ਮੈਨੂੰ ਬਹੁਤ ਵਾਰ ਪਹਿਲਾਂ ਹੀ ਫੋਨ ਆਉਂਦੇ ਸੀ ਕਿ ਭਾਅ ਜੀ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਸਾਡੀ ਇੰਡਸਟਰੀ ਨੂੰ ਸਾਡਾ ਵਿਰਸਾ ਦਿੱਤਾ, ਤੁਹਾਡੀ ਪੱਗ ਨੂੰ ਦੇਖ ਕੇ ਕਿੰਨੇ ਮੁੰਡਿਆਂ ਨੇ ਪੱਗਾਂ ਬੰਨੀਆਂ ਸ਼ੁਰੂ ਕੀਤੀਆਂ, ਤੁਹਾਡੇ ਵਰਗਾ ਸਟਾਈਲ ਸ਼ੁਰੂ ਕੀਤਾ, ਤੁਸੀਂ ਨਹੀਂ ਇੰਡਸਟਰੀ ਤੋਂ ਬਾਹਰ ਰਹਿਣੇ ਚਾਹੀਦੇ, ਤੁਸੀਂ ਕਿਉਂ ਨਹੀਂ ਗਾਣੇ ਗਾਉਂਦੇ, ਕਿਉਂ ਨਹੀਂ ਫਿਲਮਾਂ ਬਣਾਉਂਦੇ, ਕਿਉਂ ਨਹੀਂ ਕੰਮ ਕਰਦੇ? ਬਹੁਤ ਫੋਨ ਆਉਂਦੇ ਸੀ, ਮੈਨੂੰ ਵੀ ਤਕਲੀਫ ਹੁੰਦੀ ਸੀ, ਯਾਰ ਮੈਂ ਟਰਾਈ ਕਰਦਾ ਕਿਉਂ ਨਹੀਂ ਹੋ ਰਿਹਾ, ਕਿਉਂਕਿ ਜਦੋਂ ਬੰਦਾ ਲੀਹ ਤੋਂ ਉਤਰਿਆ ਹੋਇਆ ਨਾ, ਫਿਰ ਵਾਪਸ ਆਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸੋ ਉਹ ਮਿਹਨਤ ਮੈਂ ਕਦੇ ਵੀ ਨਹੀਂ ਛੱਡੀ, ਨਾ ਜਦੋਂ ਮੈਂ ਸਟਾਰਟ ਕੀਤਾ, ਨਾ ਜਦੋਂ ਮੈਂ ਬਹੁਤ ਪੀਕ 'ਤੇ ਸੀ ਉਦੋਂ, ਨਾ ਮੈਂ ਡਾਊਨਫਾਲ ਦੇ ਵਿੱਚ, ਮੈਂ ਮਿਹਨਤ ਉੱਦਾਂ ਹੀ ਕਰਦਾ ਰਿਹਾ। ਇਹ ਟਾਈਮ ਦੇ ਵਿੱਚ ਵੀ ਦੇਖੀ ਜਿਹੜੇ ਤੁਹਾਨੂੰ ਮੈਂ 5 ਸਾਲ ਗਣਾਏ ਨੇ ਨਾ, 7 ਸਾਲ, 7 ਸਾਲਾਂ ਦੇ ਵਿੱਚ ਪ੍ਰੋਬਲਮ ਇੰਨੀਆਂ ਸੀਗੀਆਂ, ਆਫਿਸ ਦਾ ਸਾਰਾ ਬਖੇਰਾ ਖਤਮ ਪ੍ਰੋਬਲਮਾਂ ਸੀਗੀਆਂ, ਲੇਕਿਨ ਮੇਰੇ ਯਾਰ ਕਮੀਨੇ ਫਿਲਮ, ਉਹ ਤੋਂ ਬਾਅਦ ਜਿਹੜੇ ਆਹ ਗਾਣੇ ਦੀ ਲਿਸਟ ਮੈਂ ਸੁਣਾਈ ਹੈ, ਤੂੰ ਉਨੇ ਦੂਰ ਹੋਈ ਜਾਵੇਂ, ਮੋਟਰ ਵਾਲਾ ਜਿੰਦਾ, ਯਾਰ ਬਿੱਲੀ ਛੱਡ ਤੇ, ਗੁਸਤਾਖੀਆਂ, ਸਿਡਨੀ, ਫਿਰ ਵੀ ਕੁਛ ਨਾ ਕੁਛ ਆਉਂਦਾ ਰਿਹਾ। 5 ਸਾਲਾਂ 'ਚ 5-6-7 ਗਾਣੇ ਉਹ ਆਏ ਜਿਹੜੇ ਲੋਕਾਂ ਨੂੰ ਯਾਦ ਵੀ ਨੇ ਐਂਡ ਲੋਕਾਂ ਨੇ ਕਬੂਲ ਕੀਤੇ। ਉੱਥੋਂ ਮੈਨੂੰ ਇਹ ਹੁੰਦਾ ਸੀ ਕਿ ਘੱਟੋ ਘੱਟ ਮੈਨੂੰ ਕੋਈ ਇਹ ਨਹੀਂ ਕਹੂਗਾ ਵੀ ਯਾਰ ਨਿੱਕੂ ਤਾਂ, ਜੇ ਇਹ ਵੀ ਕਹਿਣਗੇ ਨਾ ਨਿੱਕੂ ਕੁਛ ਕਰ ਨਹੀਂ ਰਿਹਾ, ਤਾਂ ਇਹ ਨਹੀਂ ਕਹਿਣਗੇ ਨਿੱਕੂ ਦੇ ਗਾਣੇ ਆਉਣੇ ਬੰਦ ਹੋ ਗਏ ਜਾਂ ਨਿੱਕੂ ਗਾਉਣਾ ਭੁੱਲ ਗਿਆ। ਉਹ ਜਿੰਨੇ ਵੀ ਗਾਣੇ ਆਏ ਨੇ ਦੋਸਤੋ, ਸਾਰੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ ਅਤੇ ਸਾਰੇ ਹਿੱਟ ਹੋਏ ਨੇ ਗਾਣੇ ਉਹ।
आपकी ये लाइन सुन के जितने भी व्यूवर्स ये कवरेज देखेंगे उनको एक मोटिवेशन तो ज़रूर मिलेगा कि बिल्कुल छोटी छोटी प्रॉब्लम्स को लेके जो आजकल हार मान जाते हैं, डिप्रेशन का शिकार हो जाते हैं हम कह सकते हैं, बट आपकी लाइन से ज़रूर मोटिवेशन मिले। जी मैं बड़ी बार बढ़िया चीज़ा पढ़ा बढ़िया सुनदा, मैं टी वी देखने का बहुत शौक है, लेकिन मैं टी वी के ये नहीं कलियाँ फिल्मा ही देखता, मैं टी वी बहुत चीज़ा देखता जितों बहुत बार बहुत चीज़ा सीखने को मिलती हैं। जिम्मे साडा जो कल्चर भी है ना दोस्तों, साढ़े देखो जिन्हें अब्रॉड के बच्चे ने साडे कल्चर ना जुड़ के साडे पंजाबी गाणिया ना जां पंजाबी फिल्मां ना जुड़ के साडे कल्चर ना जुड़े हुए हैं, तो साडे जिहड़े गाणिया ते परफॉर्म करते हैं भंगड़ा करते हैं ये चीज़ा सिखाउंदियां बहुत कुछ ने। सो मैनू भी उत्थे बहुत चीज़ा ऐसा ने जिन्हों तो मैं बहुत कुछ सीखदा, यूट्यूब तो बहुत कुछ है, बहुत जगह पर बहुत कुछ है जिहड़ियां सानू ये सिखाउंदियां ने कि कदे रुको ना। जिन्हों एक मैं याद है एक द सीक्रेट मूवी है, वो भी ये समझो कि कोई बहुत कोई धार्मिक एक जड़े धार्मिक ब्रेन वाले बंदे कट्ठे होए, जिहड़े कल्ले धार्मिक नहीं सी, जिहड़े बहुत ही बुद्धिजीवी सी, उन्हां च साइंटिस्ट सी, उन्हां च डॉक्टर सी, जिन्हां ने बहुत अपने जीवन दे विच ठोकरां खा खा के सिख्या 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 डॉक्टर बने, जिन्हां दे नाम उरे डॉक्टर लागे। फिर उन्होंने वो एक द सीक्रेट बुक लिखी, द सीक्रेट एक मूवी बनाई। कदे दोस्तों जिन्हें जिन्हें नहीं देखी एक बार देखियो जरूर, जे तुहाडे अंदर कितने नेगेटिविटी होगी ना ऐ छू मंत्र हो जूगी, वो तो आपकी बातों से ही दूर हो जाएगी। बिल्कुल नेगेटिविटी तो होनी नहीं चाहिए। जिवें साडे पुराने बजुर्ग एक सीधी भाषा च कहीए साडे पिंड वाले बजुर्गों के जिहड़े बोल ने ना जां कहावतां ने वो बहुत सच्चियां ने, भजाई चल घोड़ा कदे तां पिंड आऊगा, देसी एक कहावत है, उहदा मतलब यही है कि कदे हार ना मनो, हार नहीं मनोगे तो तुसीं अपनी मंजिल तक पहुँच ही जाओगे। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਰਨਾ ਕੀ ਹੈ, ਪਹੁੰਚਣਾ ਕਿੱਥੇ ਹੈ। ਇੱਕ ਚੀਜ਼ ਹਮ ਆਪਕੋ ਜ਼ਰੂਰ ਪੁੱਛਣਾ ਚਾਹੇਂਗੇ, ਸੋਸ਼ਲ ਮੀਡੀਆ ਸੇ ਆਪ ਕਿਤਨੇ ਜ਼ਿਆਦਾ ਅਟੈਚਡ ਹੈ, ਵੈਸੇ ਤਾਂ ਅਭੀ ਥੋੜੀ ਦੇਰ ਪਹਿਲੇ ਹਮਨੇ ਦੇਖ ਲਿਆ ਆਪ ਕਿਤਨੇ ਅਟੈਚਡ ਹੈ। ਇੱਕ ਚੀਜ਼ ਹਮ ਆਪਸੇ ਜ਼ਰੂਰ ਸ਼ੇਅਰ ਕਰਨਾ ਚਾਹੇਂਗੇ, ਸ਼ਾਇਦ ਇਸਕੇ ਬਾਰੇ ਮੈਂ ਆਪਕੋ ਵੀ ਇਤਨਾ ਅਵੇਅਰਨੈਸ ਨਹੀਂ ਹੋਗੀ ਕਿ ਜਬ ਆਪਕਾ ਕੋਈ ਵੀ ਸੌਂਗ ਆਤਾ ਹੈ ਤੋ ਨੀਚੇ ਆਈ ਥਿੰਕ ਆਪਕੇ ਪਾਸ ਇਤਨਾ ਟਾਈਮ ਵੀ ਨਹੀਂ ਹੋਤਾ ਹੋਗਾ ਕਿ ਵਿਊਅਰਸ ਕੇ ਆਪ ਕਮੈਂਟਸ ਪੜ੍ਹਤੇ ਹੈ, ਤੋ ਨੀਚੇ ਜੋ ਕਮੈਂਟਸ ਹੋਤੇ ਹੈ ਉਸਮੇ ਮੋਸਟਲੀ ਲੋਗੋ ਕੇ ਕਮੈਂਟਸ ਯੇ ਹੋਤੇ ਹੈ ਕਿ ਸਿਰਫ ਇੱਕ ਅਕੇਲਾ ਯਹੀ ਸਿੰਗਰ ਹੈ ਜਿਸਨੇ ਪੰਜਾਬੀ ਵਿਰਸੇ ਕੋ ਜੋੜ ਕੇ ਰੱਖਾ ਹੋਇਆ ਹੈ, ਸਾਰੇ ਆਪਕੇ ਫੈਮਿਲੀ ਟਰੈਕਸ ਆਤੇ ਹੈ, ਤੋ ਅਬ ਹਮ ਆਪਸੇ ਪੁੱਛਣਾ ਚਾਹੇਂਗੇ ਆਪ ਜਬ ਆਪਣੇ ਸੌਂਗਸ ਚੂਜ਼ ਕਰਤੇ ਹੈ ਗਾਣੇ ਸੇ ਪਹਿਲੇ ਤੋ ਕਿਆ ਆਪਕੇ ਮਾਇੰਡ ਮੇ ਪਰਟੀਕੁਲਰ ਆਪ ਇਸ ਚੀਜ਼ ਕੋ ਲੈ ਕੇ ਚਲਤੇ ਹੈ ਕਿ ਆਪਣੇ ਸਿਰਫ ਫੈਮਿਲੀਜ਼ ਕੋ ਹੀ ਫੋਕਸ ਕਰਨਾ ਹੈ ਜਾਂ ਆਪਣੇ ਪੰਜਾਬੀ ਵਿਰਸੇ ਕੋ ਹੀ ਫੋਕਸ ਕਰਨਾ ਹੈ। ਮੈਂ ਜਦੋਂ ਗਾਉਣਾ ਸ਼ੁਰੂ ਕੀਤਾ ਸੀ ਨਾ ਮੇਰੇ ਗੁਰੂ ਜੀ ਸ਼ਮਸ਼ਾਦ ਅਲੀ ਜੀ ਸਾਰੇ ਜਾਣਦੇ ਨੇ, ਮੈਂ ਬਹੁਤ ਵਾਰ ਦੱਸ ਚੁੱਕਿਆ, ਅਮਰਦੀਪ ਕਾਲਜ 'ਚ ਟੀਚਰ ਨੇ ਮਿਊਜ਼ਿਕ ਦੇ, ਉਹਨਾਂ ਨੇ ਮੈਨੂੰ ਜਿਹੜੀ ਕਲਾ ਸਿਖਾਈ ਹੈ ਸੁਰਤਾਲ ਦਾ ਗਿਆਨ ਦਿੱਤਾ, ਉਹਦੇ ਨਾਲ ਨਾਲ ਇਹ ਗੱਲਾਂ ਵੀ ਕਹੀਆਂ ਕਿ ਬੇਟਾ ਜਿਹੜਾ ਤੁਹਾਡਾ ਗਾਣਾ ਉਹ ਇੰਟਰਟੇਨਮੈਂਟ ਹੈ, ਤੁਸੀਂ ਪੰਜਾਬੀ ਆਰਟਿਸਟ ਹੋ ਅਤੇ ਤੁਸੀਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨਾ, ਤੁਹਾਡੇ ਗਾਣਿਆਂ 'ਚ ਉਹ ਚੀਜ਼ਾਂ ਨਾ ਹੋਣ ਜਿਹੜੀਆਂ ਆਪਾਂ ਘਰਾਂ 'ਚ ਬੈਠ ਕੇ ਆਪ ਹੀ ਨਾ ਸੁਣ ਸਕੀਏ। ਮੈਂ ਬਹੁਤ ਵਾਰ ਦੇਖਦਾ ਕਿ ਬੜੇ ਅੱਜ ਬੜੇ ਤਰ੍ਹਾਂ ਦੇ ਗਾਣੇ ਆਉਂਦੇ ਨੇ, ਲੇਕਿਨ ਮੇਰੇ ਗਾਣਿਆਂ 'ਚ ਕਿਤੇ ਨਾ ਕਿਤੇ ਮੈਨੂੰ ਖੁਦ ਨੂੰ ਇੱਕ ਗੱਲ ਸੋਚ ਕੇ ਖੁਸ਼ੀ ਹੁੰਦੀ ਹੈ ਕਿ ਕਦੇ ਇੱਦਾਂ ਦੇ ਕੰਮ ਨਹੀਂ ਕੀਤੇ, ਇੱਦਾਂ ਦੇ ਗਾਣੇ ਨਹੀਂ ਗਾਏ, ਮੈਂ ਇੱਕ ਅੱਧੀ ਵਾਰ ਇਹੋ ਜਿਹਾ ਗਾਣਾ ਗਾਇਆ ਜਿਹੜਾ ਲੋਕਾਂ ਸਾਹਮਣੇ ਆਇਆ ਨਹੀਂ, ਜਿਹਦੇ ਵਿੱਚ ਮੈਂ ਜਾਣ ਬੁੱਝ ਕੇ, ਮੈਨੂੰ ਤਾਂ ਇਹ ਸੀ ਕਿ ਮੈਨੂੰ ਸਵਾਲ ਕਰਨਗੇ ਲੋਕ ਬੋਲਣਗੇ, ਪਰ ਉਹਦੇ ਵਿੱਚ ਵੀ ਕਦੇ ਕੋਈ ਕਿਸੇ ਨੇ ਬੋਲਿਆ ਨਹੀਂ ਨਹੀਂ ਨਿਕੂ ਬਹੁਤ ਅੱਛਾ ਕੀਤਾ, ਉਹ 'ਚ ਵੀ ਐਪਰੀਸ਼ੀਏਸ਼ਨ ਨਹੀਂ, ਉਹ ਮੈਂ ਨਹੀਂ ਪੰਗਾ ਲੈਣਾ ਕਿਉਂਕਿ ਮੈਨੂੰ ਉਹ ਮੇਰੀ ਰੂਹ ਦਾ ਗਾਣਾ ਨਹੀਂ ਸੀਗਾ, ਪਿਆ ਹੋਣਾ ਯੂਟਿਊਬ 'ਤੇ ਕਿਤੇ, ਅਤੇ ਅਦਰਵਾਈਜ਼ ਮੈਂ ਕਦੇ ਵੀ ਇੱਦਾਂ ਦੇ ਗਾਣੇ ਨਹੀਂ ਗਾਏ, ਹੈ ਨਾ, ਹਮੇਸ਼ਾ ਫੈਮਿਲੀ ਨੂੰ ਲੈ ਕੇ ਜਾਂ ਆਪਣੇ ਵਿਰਸੇ ਨੂੰ ਲੈ ਕੇ ਗਾਣੇ ਗਾਏ ਨੇ। ਸਾਡਾ ਵਿਰਸਾ ਇੰਨਾ ਅਮੀਰ ਹੈ ਨਾ, ਜੇ ਅਸੀਂ ਇਕੱਲੇ ਵਿਰਸੇ ਨੂੰ ਗਾਈ ਜਾਈਏ ਸਾਡੀਆਂ ਪੁਸ਼ਤਾਂ ਦਰ ਪੁਸ਼ਤਾਂ ਵੀ ਗਾਈ ਜਾਣ ਤਾਂ ਵੀ ਇਹ ਮੁੱਕਦਾ ਨਹੀਂ। ਪਰਸਨਲ ਕੁਸ਼ਚਨ ਜ਼ਰੂਰ ਬਤਾਈਏ, ਆਪਣੇ ਆਪਣੀ ਏਜ ਤੋਂ ਬਤਾ ਦੀ, ਇੰਦਰਜੀਤ ਨਿੱਕੂ ਅਭੀ 23 ਇਅਰਸ ਕੇ ਹੈ, 22 23 ਇਅਰਸ ਕੋ ਸਰ ਆਪਕੋ ਸੌਂਗਸ ਕਾ ਲਾਈਨ ਚ ਹੋਇਆ ਉਹ ਤਾਂ ਅਲੱਗ ਚੀਜ਼ ਹੈ। ਓਕੇ ਓਕੇ, ਤੋ ਸਰ ਇੱਕ ਚੀਜ਼ ਜ਼ਰੂਰ ਬਤਾਈਏ ਕਿ ਸਾਰੇ ਆਪਾਂ ਗਲਤ ਹੋ ਗਏ, 23 ਇਅਰਸ ਮੈਨੂੰ ਕਹਿਣੀ ਚਾਹੀਦੀ ਸੀ, ਜੋ ਮੇਰੀ ਏਜ ਇਸ ਲਾਈਨ ਦੇ ਵਿੱਚ ਆ ਕੇ ਜਿਹੜੀ ਹੈ ਨਾ ਉਹ ਮੇਰੀ ਏਜ ਹੈ, ਕਿਉਂਕਿ ਉਹਦੇ ਵਿੱਚ ਹੀ ਆ ਕੇ ਮੈਨੂੰ ਪਤਾ ਲੱਗਿਆ ਕਿ ਜ਼ਿੰਦਗੀ ਕੀ ਹੈ, ਪਿਆਰ ਕੀ ਹੈ, ਜੋ ਮੇਰੇ ਫੈਨਸ ਨੇ ਮੈਨੂੰ ਦਿੱਤਾ, ਨੱਚਣਾ ਟੱਪਣਾ ਜਿਹੜਾ ਗੁਰਬਾਣੀ 'ਚ ਲਿਖਿਆ ਨਾ ਕਿ ਨੱਚਣਾ ਟੱਪਣਾ ਮਨ ਕਾ ਚਾਓ, ਕੁਛ ਇੱਦਾਂ ਦੀ ਇੱਕ ਧੁੱਕ ਹੈ, ਕੋਈ ਲਾਈਨ ਹੈ, ਮੈਂ ਕਿਤੇ ਸੁਣੀ ਹੈ ਮੈਨੂੰ ਪ੍ਰੋਪਰ ਦੋਸਤੋ ਸੋਰੀ ਕਿਤੇ ਕੁਛ ਗਲਤ ਬੋਲਿਆ ਜਾਵੇ, ਉਹ ਮੈਨੂੰ ਇਹ ਲਾਈਨ 'ਚ ਆ ਕੇ ਪਤਾ ਲੱਗਿਆ, ਨੱਚਣਾ ਟੱਪਣਾ ਹੱਸਣਾ ਖੇਡਣਾ ਮੌਜ ਮਸਤੀ, ਸਾਡੀ ਲਾਈਨ ਦੇ ਵਿੱਚ ਇੰਨਾ ਇਹ ਸਾਰੀਆਂ ਚੀਜ਼ਾਂ ਨੇ, ਅਸੀਂ ਕਿਤੇ ਸ਼ੋਅ ਵੀ ਕਰਨ ਜਾਣਾ ਪੈਸੇ ਲੈਣੇ ਨੇ, ਉੱਥੇ ਜਾ ਕੇ ਨੱਚਣਾ ਟੱਪਣਾ,
है ना, लोग मतलब सानू नचण टप्पण दे भी खुश होण दे भी पैसे दिंदे ने। एदू वधिया जॉब ही कोई नहीं हो सकती, मतलब काम भी कर रहे हैं नाल हस खेड़ भी रहे हैं, मस्तियां भी कर रहे हैं, गाने गा रहे हैं, जो लोगों के शौक ने, है ना, लोगों के शौक ने साडा काम है। ये भी एक बहुत बड़ा टैलेंट है कि सर ने इतनी सारी बातें कर ली बट अपनी एज फिर भी डिस्क्लोज नहीं की। मैं 23 ये इदा ना करो, इन्ना तो ऑडियंस छोड़ दो, हूँ मैथ सब का इन्ना कमजोर तो होना नहीं, मैं दसता दिता थोड़ा जहाँ रह, मेरे मुँह क्यों बुला। एक चीज़ बता दीजिए, चलिए अपनी एज मत बताइए, ये बता दीजिए अपने आप को इतना मेंटेन, अपना फिट कैसे रखते हैं आप, कैसे टाइम आप निकालते हैं? मैं हैगा दोस्तों पिंडा वाला, शुरू तो थानू पता देसी बंदा, दूध दही घी मक्खन, हाँ वो तो चीज़ा शुरू तो ने बचपन तो ने, क्योंकि पिंड दुध दही नॉर्मली सारे घर खुला होंगे है ना, मक्खन जी सा माँ ने शुरू तो बनाना वो खाना है ना। सियाने कहते ने कि खाओ रज के वाहो दब के, जेडे पुराने लोग से ना सियाने, उन्होंने मतलब सीगा कि पुराने लोग ना किलो किलो सेर सेर घ्यो पी जाते, घ्यो माड़ा जहा गर्म करके पी जाते, मूँह ला के जिम्मे दुध पीता जाता। अज तुम देखो तो किसी दो चमचे दे दो, वो तो बाद पेट का की हाल होंगे, क्योंकि वो लोग घ्यो पीण तो बाद, दुध पीण तो बाद, लस्सियाँ पीण तो बाद, दही खाण तो बाद खेतों च कम करते। हुण जे असी खेतों च कम नहीं करते, जिहड़े करते ने क्या बात है, जिहड़े नहीं करते उन्हां लई जिम बने हुए ने, जिम जाण, वो तो बिना मॉर्निंग वॉक करो, साइकिल चलाओ, नाल तो पोल्यूशन रात जिंदगी कट्टोगे है ना, बाकी लोगों को भी राहत मिलू। सो जिन्ना वध तो वध साइकिल चलाओगे नाल तो सेहत ठीक होंगी है, कदे पेट भी नहीं बढ़ता तो नाल पोल्यूशन भी नहीं होंगे। सो यही राज ने सेहत दे तां कि जे तुसीं अपने आप नूं मेनटेन रखना, दब के खाओ, मेरे जन्ना खाँदा कोई नहीं होना, मैं मिठा बहुत खाँदा, डॉक्टर बंद कर दिंदे ने शुगर होजू, मैं कहना जिहड़ा कुछ होना होण दो, मैं नहीं छड्ड सकदा, जिथे जाना पहला सब तो पहला पुछदा रेस्टोरेंट जाके, जे कितें बाहर जाने गुलाब जामुन हैगी गर्म गर्म। आपकी ये लाइन सुनने के बाद सारे लुधियानवी कल रात को स्वीट शॉप्स पे मिलेंगे। साढ़े लुधियाने वाले वैसे ही बहुत सारे खाते हैं, रात में तुम बाहर निकलो से तो कोई जगह खाली नहीं मिलू, ना कोई रेस्टोरेंट, ना बाहर लिया कोई रेहड़ियाँ, हर जगह पर देखो ढेर लगे होंगे साढ़े पंजाबियों के पीपल। तो सर एक चीज़ बताइए, आपकी मूवी अब आ रही है, इतनी स्टार कास्ट, इतनी बड़ी बड़ी उसमें है, तो कैसा एक्सपीरियंस रहा शूटिंग का और इसकी शूटिंग कहाँ कहाँ हुई? स्टार आप दसते सारे दसते ना, मंगी माल, राजोजार, राणा जंग बहादुर, सरदार सोही साहब, सारे बड़े आर्टिस्ट ने, साक्षी मगो, युवलीन, कमेडियन पोटू शाहनी, पूरी चलती मूवी दे विच बहुत फन किया दोस्तों, असी रोज़ बहुत फन हुंदा सी, रोज़ पता नहीं लगता सी दिन कदों निकल जाता सी, पहला जिहड़े मॉर्निंग उठ के डायलॉग जिहड़े ओह सारे पढ़ने अंदर वसाने, करैक्टर दे विच आउण तो बाद फिर सैट ते जांदे ते असी कम खत्म करके सैट तो वापस आउंदे सी, जे लंच टाइम भी कितें हो गया असी उस टाइम भी मस्तियां करदे पए, ओह जिहड़े करैक्टर सी उहनां चों निकलदे नहीं सी तां कि फिर औखा ना होवे। उस तों बाद जिहड़ी इहदी शूटिंग है ओह पटियाले तों शुरू होई सी, फिर पटियाले जिहड़े घरां दी शूटिंग करन तों बाद पटियाला यूनिवर्सिटी, फिर गोबिंदगढ़ एक मिल सी उत्थे शूट कीता, गोबिंदगढ़ एक कॉलेज सी उत्थे शूट कीता, फिर लवली यूनिवर्सिटी जलंधर उत्थे शूट कीता, चंडीगढ़ एक डिस्क दे विच गाना कीता, दुबई दे विच गाना कीता, बॉम्बे दे विच कुछ इहदे पार्ट कीते, बहुत जगह ने जिथे जिथे असी ये शूट कीता। ऑलमोस्ट आधा इंडिया घूम लिया इस मूवी के लिए। तो अब इस मूवी के बारे में थोड़ा सा हाईलाइट कर दीजिए, किस टाइप की मूवी है, फुल कॉमेडी मूवी है, बिकॉज हमारे पंजाबीज तो कॉमेडी को बहुत ज़्यादा पसंद करते हैं। और एक चीज़ हमने इसमें नोटिस की, भोटू शाह जी जो हमारे काफ़ी फेमस कॉमेडियन टीवी एक्टर रह चुके हैं वो, तो अब हाँ जी शाह जी, चाचा चपेड़ा वाला, फिर वो डिप्टी राजा, फिर एक और सी पतीला, वो किनिया फिल्मों के पतीला खड़ के देखो तुम मोटू, को बेसिकली हाईलाइट करने का क्या हम कह सकते हैं कि इसमें रोल रहा होगा या क्या ये मूवी कुछ अलग सी कॉमेडी लेके आने? नहीं, एक्चुअली कारण की है, हुण पिछे जे एक पहले मैं जिक्र कई जगह किया, चल मेरा पुत मूवी आई है, रूटीन की है साडा कि साडियां जिन्नियां पंजाबी फिल्मां आउंदियां साढ़े सारे वड्डे भरा ने जिन्ने इस टाइम कॉमेडियनस ने, जिन्हां चों भल्ला जी, बी एन शर्मा जी, बिन्नू भरा, करमजीत, सारे साढ़े भरा ने, होर संघा, सानू कितना कितना लगता सी कि जिन्नियां फिल्मां हुण इस टाइम चलदियां ने, हाँ जी सानू कितना कितना लगता सी कि जिन्नियां फिल्मां चलदियां ने
ਰੋਜ਼ ਉਹੀ ਆਰਟਿਸਟ ਅਸੀਂ ਰੋਜ਼ ਉਹੀ ਸਾਰੇ ਸਟਾਰ ਦੇਖਦੇ ਹਾਂ। ਡਾਇਰੈਕਟਰ ਦੀ ਇਹ ਸੀਗੀ ਥੋੜ੍ਹੀ ਜਿਹੀ ਮਨ ਦੀ ਤਮੰਨਾ ਕਿ ਅਸੀਂ ਕਾਮੇਡੀਅਨਸ ਵੀ ਉਹ ਲਈਏ ਸਾਡੇ ਆਰਟਿਸਟਾਂ ਦੇ ਨਾਲ, ਜੋ ਅਸੀਂ ਜਿਵੇਂ ਮੈਨੂੰ ਲਿਆ, ਮੈਨੂੰ ਲੈਣ ਤੋਂ ਬਾਅਦ ਰਾਜੂ ਜਾਰ ਅਤੇ ਮੰਗੀ ਤੋਂ ਬਾਅਦ ਜਿਹੜੇ ਬਾਕੀ ਆਰਟਿਸਟ ਨੇ ਉਹ ਵੀ ਉਹ ਲਈਏ ਜਿਹੜੇ ਰੂਟੀਨ ਦੀਆਂ ਸਾਰੀਆਂ ਫਿਲਮਾਂ ਦੇ ਵਿੱਚ ਨਹੀਂ ਦੇਖਦੇ ਲੇਕਿਨ ਥੀਏਟਰ ਦੇ ਆਰਟਿਸਟ ਨੇ। ਇੱਕ ਨਵਾਂਪਨ ਆਵੇ ਸਭ ਤੋਂ ਪਹਿਲਾਂ ਮੂਵੀ ਦੇ ਵਿੱਚ। ਨਵਾਂਪਨ ਕਦੋਂ ਆਊ? ਆਪਾਂ ਜਿਵੇਂ ਹੁਣ ਸ਼ੂਟ ਕਰਦੇ ਹਾਂ ਕਿਤੇ, ਆਪਾਂ ਇੰਟਰਵਿਊ ਕਰਦੇ ਹਾਂ, ਲੋਕੇਸ਼ਨ ਨਵੀਂ ਹੋ ਗਈ ਹੈ ਨਾ, ਸਾਡੀ ਯੂਨੀਫਾਰਮ ਨਵੀਂ ਹੋ ਗਈ, ਸਾਡਾ ਕੁਛ ਸਟਾਈਲ ਨਵਾਂ ਹੋ ਗਿਆ, ਕੀ ਆਪਾਂ ਨਵਾਂ ਕਰ ਸਕਦੇ ਹਾਂ? ਲੇਕਿਨ ਆਪਾਂ ਦੋਨੋਂ ਉਹੀ ਰਹਾਂਗੇ। ਲੇਕਿਨ ਇਹਨੂੰ ਹੋਰ ਨਵਾਂ ਕਰਨ ਲਈ ਕੀ ਕਰਾਂਗੇ? ਆਪਾਂ ਨਾਲ ਦੋ ਬੰਦੇ ਹੋਰ ਚੇਂਜ ਕਰ ਲਾਂਗੇ, ਲੋਕਾਂ ਦਾ ਧਿਆਨ ਉਹਦੇ ਜਾਊ, ਹਾਂ ਯਾਰ ਨਾਲ ਇਹਨਾਂ ਦੇ ਇਸ ਵਾਰ ਇਹ ਬੰਦੇ ਨੇ, ਹੈ ਨਾ। ਸੋ ਅਸੀਂ ਵੀ ਉਹੀ ਟਰਾਈ ਕੀਤੀ ਆ ਕਿ ਸਾਡੀ ਫਿਲਮ ਦੇ ਵਿੱਚ ਜਿੰਨੇ ਵੀ ਆਰਟਿਸਟ ਨੇ ਸਾਰੇ ਥੋੜ੍ਹਾ ਜਿਹਾ ਨਵਾਂਪਨ ਦੇਣ। ਫਿਰ ਉਹ ਤੋਂ ਬਾਅਦ 'ਚ ਮਿਊਜ਼ਿਕ ਦੇ ਵਿੱਚ ਵੀ ਜਿੰਨੇ ਇਸ ਟਾਈਮ ਮਿਊਜ਼ਿਕ ਚੱਲਦੇ ਨੇ ਸਾਰਿਆਂ ਨੇ ਬਹੁਤ ਅੱਛਾ ਮਿਊਜ਼ਿਕ ਕੀਤਾ। ਅਸੀਂ ਜਮਾਂ ਹੀ ਨਵੇਂ ਨਵੇਂ ਬੰਦੇ ਜਿਹੜੇ ਜਿੰਨਾ 'ਚੋਂ ਟੋਨੀ ਸੀ ਜਿਹਨੇ ਮੇਰੇ ਯਾਰ ਕਮੀਨੇ ਫਿਲਮ ਦਾ ਵੀ ਮਿਊਜ਼ਿਕ ਕੀਤਾ ਸੀ, ਗਾਣਾ ਸੀ ਉਹ 'ਚ ਨਾ, ਕਦੀ ਤੇ ਪੇਕੇ ਜਾ ਨੀ ਮੈਡਮ ਹਏ ਆਵੇ ਸੁੱਕਦਾ ਸਾ ਨੀ ਮੈਡਮ, ਤੂੰ ਸ਼ੱਕਾਂ ਕਰਦੀ ਰਹਿੰਦੀ ਹੈ ਸ਼ੱਕਰ ਕਰ ਲੜਦੀ ਰਹਿੰਦੀ ਹੈ, ਹਰ ਵੇਲੇ ਤੂੰ ਪੁਲਿਸ ਵਾਂਗ ਮੇਰੇ 'ਤੇ ਵਰਦੀ ਰਹਿੰਦੀ ਹੈ, ਤਰਸ ਕਦੀ ਤੇ ਖਾ ਨੀ ਮੈਡਮ ਹੈ ਕਦੀ ਤੇ ਪੇਕੇ ਜਾ ਨੀ ਮੈਡਮ। ਅਸੀਂ ਉਹੀ ਮੁੰਡਾ ਇਸ ਮੂਵੀ ਦੇ ਵਿੱਚ ਰਿਪੀਟ ਕੀਤਾ। ਫਿਰ ਉਹ ਤੋਂ ਬਾਅਦ ਆਰ ਗੁਰੂ, ਦੋ ਮੁੰਡੇ ਦਿੱਲੀ ਤੋਂ ਨੇ, ਹਰਮਨ ਰਾਜ ਅਤੇ ਓਂਕਾਰ ਰਾਜ, ਦੋ ਭਰਾ ਨੇ, ਉਹਨਾਂ ਨੇ ਕੀਤਾ। ਫਿਰ ਇਹਦਾ ਜਿਹੜਾ ਜਿਹੜੇ ਦੇ ਲਿਰਿਕਸ ਲਿਖੇ ਗਏ ਨੇ, ਜਿਨ੍ਹਾਂ 'ਚੋਂ ਇੱਕ ਗਾਣਾ, ਦੋ ਗਾਣੇ ਮੇਰੇ ਲਿਖੇ ਹੋਏ ਨੇ, ਇੱਕ ਤਾਂ ਮੇਰਾ ਕਰੈਕਟਰ ਸੀ ਇਹ 'ਚ ਗਿੱਲ ਸਾਹਿਬ, ਮੇਰਾ ਨਾਮ ਹੈ ਗਿੱਲ ਸਾਹਿਬ, ਉਹ ਗਾਣਾ ਮੈਂ ਖੁਦ ਲਿਖਿਆ, ਇੱਕ ਇਹ 'ਚ ਸੈਡ ਗਾਣਾ ਦਿਲ ਦਾ ਮਾਮਲਾ, ਉਹ ਮੈਂ ਖੁਦ ਲਿਖਿਆ, ਮੇਰਾ ਇੱਕ ਛੋਟਾ ਭਰਾ ਕਿੰਗਦੀਪ, ਇੱਕ ਗਾਣਾ ਉਹਨਾਂ ਦਾ, ਅਤੇ ਇੱਕ ਰਾਜੂਜਾਰ ਸਾਹਿਬ ਦਾ ਗਾਣਾ ਉਹਨਾਂ ਨੇ ਗਾਇਆ, ਇੱਕ ਗਾਣਾ ਰੋਮੈਂਟਿਕ ਹੈ ਮੈਂ ਐਂਡ ਮੇਰੇ ਨਾਲ ਰੇਨੂ ਆ ਉਹਨਾਂ ਨੇ ਗਾਇਆ, ਇੱਕ ਗਾਣਾ ਵਿਆਹ ਵਾਲਾ। ਇਹ ਦੋਨੋਂ ਗਾਣੇ ਗੁਰਵਿੰਦਰ ਮਾਨ ਨੇ ਲਿਖੇ ਨੇ, ਉਹਨਾਂ ਦੇ ਪਹਿਲਾਂ ਗਾਣੇ ਜਿਹੜੇ ਨਛੱਤਰ, ਉਹਨਾਂ ਨੇ ਕਿੰਨੀ ਵਾਰ ਕਿੰਨੇ ਹਿੱਟ ਗਾਣੇ ਦਿੱਤੇ ਨੇ ਨਾ, ਸਾਰਾ ਟੈਲੈਂਟ ਇੱਕ ਹੀ ਮੂਵੀ ਕੇ ਅੰਦਰ ਹੈ। ਮਤਲਬ ਮੈਂ ਸੋਚਦਾ ਪਿਆ ਕਿ ਹੋਰ ਕੁਛ ਰਹਿਤਾ ਨਹੀਂ ਗਿਆ, ਬਹੁਤ ਕੁਛ ਦੋਸਤੋ ਇਕੱਠਾ ਕੀਤਾ ਐਂਡ ਸਾਰਾ ਕੁਛ ਨਵਾਂ ਨਵਾਂ ਇਕੱਠਾ ਕੀਤਾ ਤਾਂ ਕਿ ਕਿਸੇ ਵੀ ਚੀਜ਼ 'ਚ ਕੁਛ ਪੁਰਾਣਾਪਨ ਨਾ ਆਵੇ। ਟਾਈਮ ਜ਼ਰੂਰ ਲੱਗਿਆ ਇਹਨੂੰ, ਲੇਕਿਨ ਟਾਈਮ ਦੇ ਨਾਲ ਵੀ ਇਹਦੇ ਵਿੱਚ ਜਿਹੜੀਆਂ, ਜੋ ਅਸੀਂ ਸਟੋਰੀ ਸ਼ੂਟ ਕੀਤੀ ਹੈ ਨਾ, ਜੋ ਅਸੀਂ ਇਹਦੇ ਵਿੱਚ ਦਿਖਾਇਆ, ਜੇ ਅਸੀਂ ਉਹਨੂੰ ਅੱਜ ਸ਼ੂਟ ਕਰਦੇ ਨਾ ਤਾਂ ਵੀ ਇੱਦਾਂ ਹੀ ਸ਼ੂਟ ਹੋਣੀ ਸੀ, ਕਿਉਂਕਿ ਉਹ ਕਨਸੈਪਟ ਇੱਦਾਂ ਦਾ ਸੀ। ਦੋ ਅਨਾਥ ਦੋਸਤ, ਅਨਾਥ ਬੱਚੇ ਨੇ ਮੈਂ ਅਤੇ ਜੁਝਾਰ, ਦੋਨੋਂ ਕਿਵੇਂ ਅਸੀਂ ਛੋਟੇ ਹੁੰਦੇ ਹਾਂ, ਛੋਟੇ ਹੋਣ ਤੋਂ ਬਾਅਦ ਵੱਡੇ ਹੁੰਦੇ ਹਾਂ, ਦੋਨੇ ਇੱਕ ਦੂਸਰੇ ਲਈ ਬਚਪਨ ਤੋਂ ਕਿਵੇਂ ਸੈਕਰੀਫਾਈਸ ਕਰਦੇ ਹਾਂ, ਇੱਕ ਦੂਸਰੇ ਦੀ ਕਿਵੇਂ। ਇਹ ਮੂਵੀ ਹਮ ਚਾਹਤੇ ਹੈ ਕੱਲ ਵਿਊਅਰਸ ਹੀ ਦੇਖੇ, ਆਪ ਡਿਸਕਲੋਸ ਬਿਲਕੁਲ ਨਹੀਂ ਕਰੇਂਗੇ, ਤਾਂ ਸਰ ਜਾਤੇ ਜਾਤੇ ਇੱਕ ਅਪੀਲਿੰਗ ਸਾ ਮੈਸੇਜ ਦੇ ਦੀਜੀਏ, ਬਿਕੋਜ਼ ਹਮਾਰੇ ਵਿਊਅਰਸ ਵੇਟ ਕਰ ਰਹੇ ਹੈ 3rd Jan ਕੀ 2020 ਹੈ, ਨਿਊ ਈਅਰ ਸਟਾਰਟ ਹੋ ਚੁੱਕਾ ਹੈ, ਆਪਣੀ ਤਰਫ ਸੇ ਇੱਕ ਪਿਆਰਾ ਸਾ ਮੈਸੇਜ ਅਪੀਲਿੰਗ ਸਾ ਕਿ ਸਾਰੇ ਇਹ ਮੂਵੀ ਦੇਖਣੇ ਜ਼ਰੂਰ ਜਾਏ। ਮੈਂ ਦੋਸਤੋ ਜਿਹੜੀ ਮੈਂ ਗੱਲ ਸ਼ੁਰੂ ਕਰਨ ਲੱਗਾ ਸੀ, ਵਿੱਚੇ ਇਹਨਾਂ ਨੇ ਕੱਟਦੇ ਨੇ, ਦੋ ਅਨਾਥ ਬੱਚੇ ਹੈ ਜਿਹੜੇ, ਬਾ ਉਹਨਾਂ ਨੂੰ ਅਡਾਪਟ ਕਰ ਲਓ ਅਤੇ ਸਵੇਰੇ ਸਾਡੀ ਇਸ ਮੂਵੀ 'ਚ ਆ ਕੇ ਤੁਸੀਂ, ਹਾਂ ਇਹੀ ਇਹ ਸਭ ਤੋਂ ਵਧੀਆ ਨਾ, ਵੀ ਜਿਹੜੇ ਦੋ ਅਨਾਥ ਬੱਚੇ ਸਾਨੂੰ ਅਡਾਪਟ ਕਰ ਲਓ, ਸਾਡੀ ਫਿਲਮ ਬਹੁਤ ਅੱਛੀ ਹੈ, ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਸੋ ਜੋ ਜੇ ਤੁਸੀਂ ਆ ਕੇ ਸਾਡਾ ਸਾਥ ਦਿਓਗੇ, ਸਾਡਾ ਸਾਥ ਬਣੋਗੇ, ਤੁਸੀਂ ਖੁਦ ਤਾਂ ਜਿਹੜਾ ਇੰਜੋਏ ਕਰਨਾ ਹੀ ਕਰਨਾ, ਇਹ ਤੋਂ ਬਾਅਦ ਸਾਡਾ ਵੀ, ਸਾਡੀ ਸਾਰੀ ਟੀਮ ਦਾ ਹੌਸਲਾ ਬਹੁਤ ਵੱਧ ਜਾਣਾ, ਅੱਗੇ ਤੋਂ ਅਸੀਂ ਹੋਰ ਵੀ ਬੈਟਰ ਕੰਮ ਕਰਾਂਗੇ, ਜਿਹੜੀਆਂ ਇਹ 'ਚ ਕਮੀਆਂ ਆਉਣਗੀਆਂ ਉਹ ਜ਼ਰੂਰ ਸਾਨੂੰ ਸਾਡੇ ਜਗ੍ਹਾ ਜਗ੍ਹਾ ਯੂਟਿਊਬ 'ਤੇ ਗਾਣੇ ਨੇ ਜਾਂ ਫਿਲਮ ਦੇ ਟ੍ਰੇਲਰ ਨੇ ਉਹਦੇ ਨੀਚੇ ਕਮੈਂਟਸ ਜ਼ਰੂਰ ਲਿਖਿਓ, ਇਹ ਸੋਸ਼ਲ ਮੀਡੀਆ 'ਤੇ ਜਿੱਥੇ ਜਿੱਥੇ ਨਿਊਜ਼ ਚੱਲਣੀਆਂ ਨੇ ਉੱਥੇ ਕਮੈਂਟਸ ਲਿਖਿਓ, ਤਾਂ ਕਿ ਸਾਨੂੰ ਪਤਾ ਲੱਗੇ ਸਾਡੀਆਂ ਕਿੱਥੇ ਕਿੱਥੇ ਕਮੀਆਂ ਨੇ, ਅਸੀਂ ਉਹਨਾਂ ਨੂੰ ਵੀ ਦੂਰ ਕਰਦੇ ਰਹਾਂਗੇ। ਥੈਂਕ ਯੂ ਸਰ ਆਪਣਾ ਟਾਈਮ ਹਮੇਂ ਦੇਣੇ ਕੇ ਲਈ। ਤੋਂ ਆਪਣੇ ਦੇਖਾ ਯੇ ਅਤੇ ਹਮਾਰੇ ਸਾਥ ਪੰਜਾਬੀ ਮਿਊਜ਼ੀਕਲ ਇੰਡਸਟਰੀ ਕੇ ਬਹੁਤ ਹੀ ਰਿਨਾਉਂਡ ਸਿੰਗਰ ਮਿਸਟਰ ਇੰਦਰਜੀਤ ਨਿੱਕੂ ਜੀ, ਜਿਨ੍ਹਾਂ ਆਪਣੀ ਜਰਨੀ ਕੇ ਬਾਰੇ ਮੈਂ ਹਮਸੇ ਸ਼ੇਅਰ ਕੀਆ ਕਿ ਕਿਸ ਟਾਈਪ ਕੇ ਅਪ ਡਾਊਨਸ ਉਹਨੇ ਲਾਈਫ ਮੇਂ ਦੇਖੇ, ਔਰ ਅਬ ਉਨਕੀ ਮੂਵੀ ਰਿਲੀਜ਼ ਹੋਣੇ ਜਾ ਰਹੀ ਹੈ 3rd Jan ਕੋ ਜਾਨ ਤੋਂ ਪਿਆਰਾ, ਤੋ ਉਹਨਾਂ ਨੇ ਮੈਸੇਜ ਵੀ ਦੀ ਇੱਕ ਬਹੁਤ ਸਵੀਟ ਸਾ ਕਿ ਬਹੁਤ ਹੱਸਣੇ ਹਸਾਣੇ ਵਾਲੀ ਮੂਵੀ ਹੈ, ਫੁੱਲ ਫੈਮਿਲੀ ਐਂਟਰਟੇਨਮੈਂਟ ਮੂਵੀ ਹੈ, ਗੋ ਐਂਡ ਵਾਚ ਦਿਸ ਮੂਵੀ। ਥੈਂਕ ਯੂ ਸੋ ਮਚ ਕੈਮਰਾਮੈਨ ਅਮਨਦੀਪ ਕੇ ਸਰ, ਸ਼ਿਪਰਾ ਪਸਰੀਜਾ, ਟਾਈਮਸ ਪੰਜਾਬ ਟੀਵੀ।